ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ 'ਚ ਚੋਣਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ 4 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 11 ਮਾਰਚ ਨੂੰ ਇਸਦੇ ਨਤੀਜੇ ਆਉਣਗੇ। ਜੇਕਰ ਪੰਜਾਬ ਦੀ ਗੱਲ ਸਿਆਸੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਅਤੇ ਆਪ ਵੀ ਚੋਣ ਮੈਦਾਨ 'ਚ ਹੈ। ਉਸੇ ਤਰ੍ਹਾਂ ਆਪਣਾ ਪੰਜਾਬ ਪਾਰਟੀ ਵੀ ਇਸ ਵਾਰ ਚੋਣ ਮੈਦਾਨ 'ਚ ਆ ਚੁੱਕੀ ਹੈ, ਜਿਸ ਦੇ ਕਨਵੀਨਰ ਸੁੱਚਾ ਸਿੰਘ ਛੋਟੇ ਪੁਰ ਹਨ। ਅਸੀਂ ਗੱਲ ਕਰ ਰਹੇ ਹਾਂ ਖੰਨਾ ਹਲਕੇ ਦੀ, ਜਿੱਥੋਂ ਵਿਜੇ ਡਾਮਨ ਜੀ ਉਮੀਦਵਾਰ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਜੇ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਟਿਕਟ ਮਿਲੀ ਹੈ ਆਪਣਾ ਪੰਜਾਬ ਪਾਰਟੀ ਤੋਂ। ਤੁਹਾਡਾ ਸਾਰਿਆਂ ਨੂੰ ਜ਼ਿਆਦਾ ਸ਼ੁਕਰੀਆ। ਕਿਹੜਾ ਉਦੇਸ਼ ਹੈ ਤੁਹਾਡਾ, ਕਿਸ ਉਦੇਸ਼ ਨਾਲ ਤੁਸੀਂ ਇਹ ਚੋਣ ਲੜ ਰਹੇ ਹੋ ਜੀ? ਦੇਖੋ, 70 ਸਾਲ ਦੀ ਆਜ਼ਾਦੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਸਾਡੇ ਲਾਸਟ ਲਾਈਨ 'ਚ ਬੰਦੇ ਬੈਠੇ ਨੂੰ ਜਿਹੜੀ ਗੌਰਮੈਂਟ ਵੱਲੋਂ ਕੰਮ ਹੁੰਦੇ ਆ ਉਹ ਮਿਲਦੇ ਨਹੀਂ, ਤਾਂ ਉਸ ਗੱਲ ਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ ਵੀ ਲਾਸਟ ਲਾਈਨ ਤੱਕ ਬਿਨਾਂ ਸਿਫਾਰਿਸ਼ ਤੋਂ ਉਹ ਕੰਮ ਕਰਾਵੇ, ਤਾਂ ਉਹਦੇ ਹਰ ਕੰਮ ਉਹਨੂੰ ਘਰ ਬੈਠੇ ਮਿਲਣੇ ਚਾਹੀਦੇ ਹੈ। ਰਾਜਨੀਤੀ ਨੂੰ ਸਾਫ਼ ਸੁਥਰਾ ਕਰਨ ਦੇ ਲਈ ਅਸੀਂ ਆਹ ਕਦਮ ਚੱਕਿਆ, ਨਹੀਂ ਮੈਂ ਤਾਂ ਇਸ ਕੰਮ ਦੇ ਵਿੱਚ ਬਹੁਤ ਦੂਰ ਸੀ। ਅਤੇ ਜੇਕਰ ਗੱਲ ਕੀਤੀ ਜਾਵੇ ਚੋਣ ਪ੍ਰਚਾਰ ਦੀ, ਹੁਣ ਤੱਕ ਤੁਹਾਨੂੰ ਕੀ ਰਿਸਪੋਂਸ ਲੋਕਾਂ ਦਾ ਮਿਲ ਰਿਹਾ, ਕਿਉਂਕਿ ਨਵੀਂ ਪਾਰਟੀ ਆਈ ਹੈ ਅਤੇ ਪਹਿਲਾਂ ਇਹਨਾਂ ਚੋਣ ਹੈ, ਪ੍ਰਕਿਰਿਆ ਕਿਵੇਂ? ਦੇਖੋ, ਚੋਣ ਪ੍ਰਚਾਰ ਦੀ ਗੱਲ ਇਹ ਹੈ, ਅਸੀਂ ਪਿਛਲੇ 2 ਸਾਲ ਤੋਂ ਸੋਸ਼ਲ ਵਰਕ ਕਰ ਰਹੇ ਹਾਂ। ਕੋਈ ਇਲੈਕਸ਼ਨ ਲੜਨ ਦਾ ਇਰਾਦਾ ਕੋਈ ਨਹੀਂ ਸੀਗਾ, ਤਾਂ ਲੋਕਾਂ ਨੇ ਬਹੁਤ ਇਨਸਿਸਟ ਕੀਤਾ ਵੀ ਕੁਝ ਕੰਮ ਕਰਨ ਦੇ ਵਿੱਚ ਸਾਨੂੰ ਡਿਫੀਕਲਟੀ ਆਉਂਦੀ ਸੀ। ਲੋਕਾਂ ਨੇ ਇਨਸਿਸਟ ਕੀਤਾ ਵੀ ਅਗਰ ਪਾਵਰ ਜਿਹੜੀ ਅਸੀਂ ਬਾਹਰਲੇ ਬੰਦਿਆਂ ਨੂੰ ਦਿੰਦੇ ਹਾਂ ਖੰਨੇ ਤੋਂ, ਅਸੀਂ ਆਪਣੇ ਘਰ ਦੇ ਵਿੱਚ ਹੀ ਪਾਵਰ ਅਗਰ ਸਾਡੇ ਕੋਲ ਹੋਵੇ ਤਾਂ ਸਾਨੂੰ ਕੰਮ ਕਰਨ 'ਚ ਬਹੁਤ ਆਸਾਨੀ ਹੋਊਗੀ। ਇਸ ਕਰਕੇ ਚੋਣ ਲੜਨ ਦਾ ਇਰਾਦਾ ਬਣਿਆ। ਇੱਕ ਪੰਜਾਬ 'ਚ ਅਕਾਲੀ ਭਾਜਪਾ ਦੇ ਨਾਲ ਨਾਲ ਆਪ ਵੀ ਪਾਰਟੀ ਹੈ, ਤੁਸੀਂ ਕੀ ਮੰਨਦੇ ਹੋ, ਕਿਸ ਪਾਰਟੀ ਨੂੰ ਜ਼ਿਆਦਾ ਚੁਣੌਤੀ ਮੰਨਦੇ ਹੋ? ਦੇਖੋ, ਪਾਰਟੀ ਤਾਂ ਪੁਰਾਣੀਆਂ 2 ਹੀ ਹੈ, ਜਿਹਦੀ ਚੁਣੌਤੀ ਹੈ ਉਹਦੇ ਨਾਲ ਲੜਨਾ ਬਹੁਤ ਆਸਾਨ ਕੰਮ ਨਹੀਂ ਹੈ। ਇੰਨੀ ਪੁਰਾਣੀ ਪਾਰਟੀ ਹੈ, ਅਸੀਂ ਆਪਣੇ ਕੰਮ ਦੇ ਬੇਸ 'ਤੇ, ਆਪਣੇ ਤਰੀਕੇ ਦੇ ਬੇਸ 'ਤੇ, ਲੋਕਾਂ ਦੇ ਵਿਸ਼ਵਾਸ 'ਤੇ ਚੱਲੇ ਹਾਂ, ਤਾਂ ਉਹਨਾਂ ਨਾਲ ਲੜਾਈ ਹੈ ਸਾਡੀ। ਅਗਰ ਤੁਸੀਂ ਜਿੱਤਦੇ ਹੋ ਤਾਂ ਕੀ ਖੰਨੇ ਸ਼ਹਿਰ ਦੇ ਵਿਕਾਸ, ਤੁਹਾਡੇ ਕੀ ਏਮ ਹੋਣਗੇ ਖੰਨੇ ਸ਼ਹਿਰ ਲਈ, ਕਿ ਵਿਕਾਸ ਦੇ ਮੁੱਦੇ? ਦੇਖੋ, ਵਿਕਾਸ ਦੇ ਮੁੱਦੇ ਤਾਂ ਬਹੁਤ ਹੈ। ਖੰਨੇ ਦੇ ਜੰਮਪਲ ਹੈ, ਲੋਕਾਂ ਦੇ ਵਿੱਚ ਵਿਚਰੇ ਹੋਏ ਹੈ, ਇੱਕ ਇੱਕ ਸਮੱਸਿਆ ਦਾ ਥੋੜ੍ਹੀ ਥੋੜ੍ਹੀ ਗੱਲ ਦਾ ਪਤਾ, ਤਾਂ ਸਾਨੂੰ ਇਹ ਵੀ ਪਤਾ ਵੀ ਮੇਰੀ ਕਪੈਸਿਟੀ ਹੈ, ਮੈਂ ਉਹ ਸਮੱਸਿਆ ਨੂੰ ਦੂਰ ਕਰ ਸਕਦਾ। ਪਹਿਲਾਂ ਤਾਂ ਮੇਨ ਮੁੱਦਾ ਹੈਗਾ ਰੋਟੀ, ਕੱਪੜਾ, ਮਕਾਨ, ਫਿਰ ਮੈਡੀਸਨ, ਫਿਰ ਪੜ੍ਹਾਈ। ਹਾਲੇ ਤਾਂ 5 ਚੀਜ਼ਾਂ ਨਹੀਂ ਇਸ ਫਲਰਿਸ਼ ਸਟੇਟ ਦੇ ਅੰਦਰ ਅਸੀਂ ਪੂਰੀਆਂ ਕਰ ਚੁੱਕੇ, ਤਾਂ ਉਈਓ ਹੀ ਸਰਕਾਰਾਂ ਦਾਅਵਾ ਕਰੀ ਜਾਂਦੀਆਂ 70 ਸਾਲ ਤੋਂ ਇੰਨੇ ਬੰਦਿਆਂ ਨੇ ਰਾਜ ਕਰ ਲਿਆ ਵੀ ਅਸੀਂ ਕੁਛ ਕਰਤਾ। ਹਾਲੇ ਤਾਂ 5 ਮੁੱਦੇ ਨਹੀਂ ਪੂਰੇ, ਬਾਕੀ ਤਾਂ ਸਮੱਸਿਆ ਬਹੁਤ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਸਰ। ਸੋ ਇਹ ਸਨ ਵਿਜੇ ਡਾਇਮੰਡ, ਜੋ ਇੱਕ ਸੋਸ਼ਲ ਵਰਕਰ ਦੇ ਨਾਲ ਨਾਲ ਖੰਨਾ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵੀ ਹਨ, ਜਿਨ੍ਹਾਂ ਵੱਲੋਂ ਵਿਕਾਸ ਦੇ ਮੁੱਦਿਆਂ 'ਤੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ।